ਸ਼ਹੀਦ ਭਗਤ ਸਿੰਘ ਦੇ 197ਵੇਂ ਜਨਮ ਦਿਨ ਨੂੰ ਸਮਰਪਿਤ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਬੋ ਵੱਲੋਂ ਬਹੁਤ ਹੀ ਵਧੀਆ ਇਹ ਉੱਦਮ ਕੀਤਾ ਗਿਆ ਹੈ। ਇਹ ਸੱਚੀ ਸ਼ਰਧਾਂਜਲੀ ਦਿੱਤੀ ਗਈ ਹੈ ਸਾਡੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੂੰ। ਉਹਨਾਂ ਦੇ ਜਨਮ ਦਿਨ ਦੇ ਦਿਹਾੜੇ 'ਤੇ ਅੱਜ ਤਲਵੰਡੀ ਸਾਬੋ ਵਿਖੇ ਮੈਡੀਕਲ ਚੈੱਕਅਪ ਅਤੇ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ। ਮੈਂ ਸਾਰੇ ਕਲੱਬ ਨੂੰ, ਉਹਨਾਂ ਦੇ ਪ੍ਰਧਾਨ ਸਾਹਿਬਾਨ ਨੂੰ ਵਧਾਈ ਦਿੰਦਾ ਅਤੇ ਉਹਨਾਂ ਦਾ ਧੰਨਵਾਦ ਵੀ ਕਰਦਾ, ਕਿਉਂਕਿ ਖੂਨਦਾਨ ਨਾਲ ਜਿਹੜਾ ਇਹਨੂੰ ਮਹਾਂਦਾਨ ਕਿਹਾ ਗਿਆ। ਮਹਾਂਦਾਨ ਇਸ ਕਰਕੇ ਕਿਹਾ ਗਿਆ ਕਿ ਇੱਕ ਯੂਨਿਟ ਇੱਕ ਬੰਦੇ ਦੀ ਜਾਨ ਬਚਾਉਂਦੀ ਹੈ। ਸੋ ਬਹੁਤ ਵੱਡਾ ਉੱਦਮ ਹੈ। ਮੈਂ ਸਾਰਿਆਂ ਨੂੰ ਵਧਾਈ ਦਿੰਦਾ, ਸਾਰੇ ਕਲੱਬ ਨੂੰ, ਸਾਰੇ ਨਗਨ ਵਾਸੀਆਂ ਨੂੰ ਜਿਹੜੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਸੋ ਸਾਰਿਆਂ ਦਾ, ਡਾਕਟਰ ਸਾਹਿਬ ਦਾ, ਬਲੱਡ ਬੈਂਕ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਪਿੰਡਾਂ ਦੇ ਵਿੱਚ ਜਿਹੜੇ ਕਲੱਬ ਹੈ ਉਹ ਖੇਡ ਹੁੰਦੇ ਜਾ ਰਹੇ, ਕੀ ਮੈਸੇਜ ਦੇਣਾ ਤੁਹਾਨੂੰ ਕਲੱਬ ਹੈ ਜਿਹੜੇ ਦੁਬਾਰੇ? ਸਰ, ਇਹਦੇ ਨਾਲ ਕੁਛ ਰੀਜਨ ਬਣੇ ਸੀ। ਕਲੱਬ ਨਾ ਅਸਲ 'ਚ ਇੱਕ ਵਾਰੀ ਕੰਮ ਛੱਡ ਗਏ ਸੀ, ਉਹ ਜ਼ਿਆਦਾ ਪੋਲੀਟੀਕਲ ਪਾਸੇ ਆ ਗਏ ਸੀ, ਸੇਵਾ ਵਾਲੇ ਪਾਸੇ ਤੋਂ। ਉਹ ਹੌਲੀ ਹੌਲੀ ਵਾਪਸ ਆ ਰਹੇ ਨੇ, ਜੁੜ ਰਹੇ ਨੇ। ਹੁਣ ਅਸੀਂ ਐਤਕੀ ਇਹ ਕੋਸ਼ਿਸ਼ ਕਰਾਂਗੇ ਕਿ ਜਿੱਥੇ ਕਲੱਬ ਡੈੱਡ ਨੇ ਉੱਥੇ ਨਵੇਂ ਕਲੱਬ ਬਣਾਵਾਂਗੇ ਅਤੇ ਉਹਨਾਂ ਨੂੰ ਸਮਾਜ ਸੇਵਾ ਲਈ ਤਿਆਰ ਕਰਾਂਗੇ। ਹਾਂਜੀ, ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਖੂਨਦਾਨ ਕੈਂਪ ਦੇ? ਅਸੀਂ ਅੱਜ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਾ ਰਹੇ ਹਾਂ। ਸ਼ਹੀਦਾਂ ਨੂੰ ਯਾਦ ਕਰਨ ਦਾ, ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਅਸੀਂ ਕਿ ਵਧੀਆ ਸਮਾਜ ਸੇਵਾ ਦਾ ਤਰੀਕਾ ਲੱਭਿਆ। ਅਸੀਂ ਖੂਨਦਾਨ ਕਰਕੇ ਅਤੇ ਲੋੜਵੰਦ ਲੋਕ ਜਿਹੜੇ ਮਰੀਜ਼ ਨੇ ਉਹਨਾਂ ਦਾ ਫ੍ਰੀ ਚੈੱਕਅਪ, ਫ੍ਰੀ ਦਵਾਈਆਂ, ਫ੍ਰੀ ਟੈਸਟ ਕਰਕੇ ਅਸੀਂ ਸਮਾਜ ਸੇਵਾ ਦੇ ਵਿੱਚ ਸ਼ਹੀਦਾਂ ਦੇ ਜਨਮ ਦਿਨ ਨੂੰ ਯਾਦ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਅਸੀਂ ਅੱਜ ਇਹ ਸੇਵਾ ਦਾ ਕੰਮ ਕਰ ਰਹੇ ਹਾਂ। ਅਤੇ ਮੈਂ ਆਮ ਲੋਕਾਂ ਨੂੰ, ਕਲੱਬਾਂ ਨੂੰ, ਦੂਸਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਸਾਡੇ ਸ਼ਹੀਦਾਂ ਕਰਕੇ, ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹਨਾਂ ਦੀ ਯਾਦ ਨੂੰ ਸਾਨੂੰ ਤਾਜ਼ਾ ਰੱਖਣ ਦੇ ਲਈ ਕੋਈ ਨਾ ਕੋਈ ਸਮਾਜ ਸੇਵਾ ਦੇ ਕੰਮ ਸਾਨੂੰ ਜ਼ਰੂਰ ਕਰਨੇ ਚਾਹੀਦੇ। ਨਮਸਕਾਰ ਜੀ, ਮੇਰਾ ਨਾਮ ਡਾਕਟਰ ਪ੍ਰਿੰਸ ਕੁਮਾਰ ਗਰਗ ਹੈ। ਮੈਂ ਅਤੇ ਡਾਕਟਰ ਰਿਤਿਕਾ ਬਾਂਸਲ ਨੇ, ਜੋ ਕਿ DM ਨੈਫਰੋਲੋਜੀ ਨੇ, ਕਿਡਨੀ ਦੇ ਸਪੈਸ਼ਲਿਸਟ ਨੇ, ਮੈਂ ਹਾਰਟ ਦਾ ਸਪੈਸ਼ਲਿਸਟ ਹਾਂ। ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਤਲਵੰਡੀ ਸਾਬੋ ਖਾਲਸਾ ਸਕੂਲ ਵਿਖੇ ਕੈਂਪ ਲਗਾਇਆ, ਜਿਸ ਵਿੱਚ ਅਸੀਂ ਫ੍ਰੀ ਚੈੱਕਅਪ ਕਰ ਰਹੇ ਹਾਂ, ਫ੍ਰੀ ECG ਕਰ ਰਹੇ ਹਾਂ, ਫ੍ਰੀ ਲੋੜਵੰਦਾਂ ਨੂੰ ਦਵਾਈਆਂ ਵੀ ਦੇ ਰਹੇ ਹਾਂ ਅਤੇ ਬਲੱਡ ਸੈਂਪਲਿੰਗ ਵੀ, ਜਿਵੇਂ ਕਿ ਥਾਇਰਾਇਡ ਜਾਂ HbA1c 3 ਮਹੀਨੇ ਸ਼ੂਗਰ ਦਾ ਸੈਂਪਲ ਹੈ ਉਹ ਵੀ ਫ੍ਰੀ ਕਰ ਰਹੇ ਹਾਂ। ਤਾਂ ਸਾਡੇ ਕੋਲ ਤਕਰੀਬਨ ਸਾਰੇ ਤਰ੍ਹਾਂ ਦੇ ਮਰੀਜ਼ ਆ ਰਹੇ ਨੇ, ਜਿਹਦੇ ਵਿੱਚ ਜ਼ਿਆਦਾਤਰ ਮੇਨਲੀ ਹਾਰਟ ਦੇ ਨੇ ਅਤੇ ਕਿਡਨੀ ਦੇ ਸੰਬੰਧੀ ਨੇ। ਦੇਖੋ, ਜ਼ਿਆਦਾ ਦਿੱਕਤਾਂ ਤਾਂ ਜੋ ਅੱਜ ਕੱਲ੍ਹ ਹਾਰਟ ਦੇ ਵਿੱਚ ਆ ਰਹੀਆਂ ਨੇ, ਆਪਣਾ ਰਹਿਣਾ ਸਹਿਣਾ, ਖਾਣਾ ਪੀਣਾ ਇਸ ਤਰ੍ਹਾਂ ਦਾ ਹੈ, ਵਰਕਆਊਟ ਜ਼ਿਆਦਾ ਨਹੀਂ ਕਰਨਾ ਹੈ, ਸਮੋਕਿੰਗ ਕਰਨਾ, ਜਾਂ ਫੈਮਲੀਜ਼ ਦੇ ਵਿੱਚ ਕਈ ਵਾਰ ਜੈਨੇਟਿਕਲੀ ਹੁੰਦਾ ਹੈ, ਤਾਂ ਇਹ ਸਾਰੇ ਫੈਕਟਰਸ ਇਕੱਠੇ ਰਲ ਕੇ ਹੀ BP ਦੀ ਦਵਾਈ ਨਹੀਂ ਲੈਣਾ ਜਾਂ BP ਨੂੰ ਕੰਟਰੋਲ 'ਚ ਨਹੀਂ ਰੱਖਣਾ, ਸ਼ੂਗਰ ਦਾ ਪਰਹੇਜ਼ ਨਹੀਂ ਕਰਨਾ, ਤਾਂ ਇਹ ਸਾਰੇ ਫੈਕਟਰਸ ਇਕੱਠੇ ਹੋ ਕੇ ਹੀ ਸਾਰੇ ਪ੍ਰਮੋਟ ਕਰਦੇ ਨੇ ਹਾਰਟ ਅਟੈਕ ਵੱਲ। ਮੈਂ ਡਾਕਟਰ ਰਿਤਿਕਾ ਬਾਂਸਲ, ਮੈਂ DM ਨੈਫਰੋਲੋਜਿਸਟ ਹਾਂ ਅਤੇ ਕ੍ਰਿਸਟਲ ਹੈਲਥਕੇਅਰ ਬਠਿੰਡਾ ਵਿਖੇ ਕੰਮ ਕਰਦੀ ਹਾਂ। ਅੱਜ ਅਸੀਂ ਤਲਵੰਡੀ ਸਾਬੋ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮੋਤਸਵ ਨੂੰ ਸਮਰਪਿਤ ਇੱਥੇ ਹਾਰਟ ਅਤੇ ਕਿਡਨੀ ਦਾ ਫ੍ਰੀ ਹੈਲਥ ਚੈੱਕਅਪ ਕੈਂਪ ਲਗਾਇਆ ਹੈ। ਹਾਰਟ ਦੇ ਡਾਕਟਰ ਸਾਹਿਬ ਡਾਕਟਰ ਪ੍ਰਿੰਸ ਕੁਮਾਰ ਗਰਗ, ਜੋ ਕਿ DM ਕਾਰਡੀਓਲੋਜਿਸਟ ਹਨ, ਇੱਥੇ ਅਸੀਂ ਕਿਡਨੀ ਅਤੇ ਹਾਰਟ ਦੀ ਦਿੱਕਤ ਸੰਬੰਧੀ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹਾਂ ਅਤੇ ਉਹਨਾਂ ਨੂੰ ਲੋੜੀਂਦਾ ਸਲਾਹ ਅਤੇ ਟੈਸਟ ਅਤੇ ਜੋ ਵੀ ਦਵਾਈਆਂ ਦੇ ਸਕਦੇ ਹਾਂ ਉਹ ਫ੍ਰੀ ਦੇ ਵਿੱਚ ਦੇ ਰਹੇ ਹਾਂ। ਗੁਰਦੇ ਦੀ ਕੀ ਪ੍ਰੋਬਲਮ ਆ ਰਹੀ ਹੈ ਜ਼ਿਆਦਾਤਰ,
ਕਿਸ ਤਰ੍ਹਾਂ ਲੋਕਾਂ ਨੂੰ ਸਲਾਹ ਦਿਓਗੇ ਤਾਂ ਜੋ ਬਿਮਾਰੀਆਂ ਘੱਟ ਹੋ ਸਕਣ? ਅੱਜ ਕੱਲ੍ਹ ਸ਼ੂਗਰ ਅਤੇ ਬੀਪੀ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਇਹੀ ਦੋ ਮੇਨ ਕਾਰਨ ਹਨ ਜਿਹਦੇ ਕਰਕੇ ਗੁਰਦਿਆਂ ਦੀ ਦਿੱਕਤ ਵੱਧਦੀ ਜਾ ਰਹੀ ਹੈ। ਇਸੇ ਕਰਕੇ ਮੈਂ ਸਾਰੇ ਮਰੀਜ਼ਾਂ ਨੂੰ ਇਹ ਸਲਾਹ ਦੇਣਾ ਚਾਹਾਂਗੀ ਕਿ ਆਪਣੀ ਬੀਪੀ ਅਤੇ ਸ਼ੂਗਰ ਨੂੰ ਕੰਟਰੋਲ ਦੇ ਵਿੱਚ ਰੱਖੋ ਅਤੇ ਰੂਟੀਨ ਸਕਰੀਨਿੰਗ ਗੁਰਦੇ ਵਾਸਤੇ ਹਰ 6 ਮਹੀਨੇ ਜਾਂ ਸਾਲ ਦੇ ਵਿੱਚ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜੇ ਗੁਰਦੇ ਦੀ ਦਿੱਕਤ ਬਣ ਵੀ ਰਹੀ ਹੋਵੇ ਤਾਂ ਤੁਹਾਨੂੰ ਛੇਤੀ ਪਤਾ ਚੱਲ ਜਾਵੇ ਅਤੇ ਉਹਦੇ ਸੰਬੰਧੀ ਲੋੜੀਂਦਾ ਸਟੈਪ ਲਏ ਜਾਣ ਤਾਂ ਕਿ ਉਹਨਾਂ ਨੂੰ ਅੱਗੇ ਚੱਲ ਕੇ ਡਾਇਲਿਸਿਸ ਦੀ ਦਿੱਕਤ ਨੂੰ ਥੋੜ੍ਹਾ ਡਿਲੇ ਕਰ ਦਿੱਤਾ ਜਾਵੇ। ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ। ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਅਤੇ ਸਮਝਣ ਦੀ ਸਹੀ ਉਮਰ। ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕੰਸੈਪਟ ਨੂੰ ਸਮਝਣ ਅਤੇ ਲਰਨ ਕਰਨ ਦੀ। ਜ਼ੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਕਰ ਸਕੇ ਜੀ ਲਾ ਕੇ ਪੜ੍ਹਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।